ਮਾਰਨਿੰਗ ਜੀ ਮੇਰੇ ਸਾਰੇ ਪਿਆਰੇ ਦੋਸਤਾਂ ਨੂੰ ਤੇ ਲੈ ਕੇ ਹਾਜ਼ਰ ਹਾਂ ਜੀ ਆਪਾਂ ਡੇਲੀ ਟਾਰਗੇਟ ਤੇ ਅੱਜ ਹੈਗਾ ਜੀ 11 ਤਰੀਕ ਨੌਵੇਂ ਨੌਵਾਂ ਦਿਨ ਆਪਣੀ ਤਿਆਰੀ ਦਾ ਤੇ ਅੱਜ ਹੈਗਾ ਸ਼ਨੀਵਾਰ ਦਾ ਸ਼ਨੀਵਾਰ ਹੈਗਾ ਜੀ ਟੈਸਟ ਦੇ ਤੇ ਅੱਜ ਹੈਗਾ ਜੀ ਤੁਹਾਡਾ ਮੈਥ ਦੇ ਜਿਹੜੇ ਇਹ ਚੈਪਟਰ ਤੁਸੀਂ ਪਿਛਲੇ ਹਫ਼ਤੇ ਪੜ੍ਹੇ ਨੇ ਇਹਨਾਂ ਦਾ ਟੈਸਟ ਅੱਜ ਸ਼ਾਮ ਨੂੰ YouTube ਤੇ ਲਾਈਵ ਲਿਆ ਜਾਵੇਗਾ ਸਾਰੇ ਬੱਚਿਆਂ ਨੇ ਪਾਰਟਿਸਪੇਟ ਕਰਨਾ ਹੈ ਠੀਕ ਹੈ ਜੀ ਜਿਹੜੇ ਆਪਾਂ ਲੈਸਨ ਪਿਛਲੇ ਪੜ੍ਹੇ ਨੇ ਇਹਨਾਂ ਦੇ ਫਾਰਮੂਲੇ ਵਗੈਰਾ ਸਾਰੇ ਚੰਗੀ ਤਰ੍ਹਾਂ ਨੋਟ ਕਰਕੇ ਤੇ ਕਾਪੀ ਪੈਨ ਲੈ ਕੇ ਆਪਣਾ ਟੈਸਟ ਲਾਉਣ ਆਇਓ ਕਿਉਂਕਿ ਫਿਰ ਮੈਥ ਦੇ ਕੁਐਸਚਨ ਹੋਣਗੇ ਤੁਸੀਂ ਇਦਾਂ ਹੀ ਆ ਗਏ ਫਿਰ ਤੁਹਾਨੂੰ ਤੁਹਾਨੂੰ ਹੱਲ ਕਰਨਾ ਪੈਣਾ ਕੁਐਸਚਨ ਠੀਕ ਹੈ ਜੀ ਸੋ ਇਹ ਤੁਸੀਂ ਸ਼ਾਮੀ ਆਪਾਂ ਨੇ ਕਰਨਾ ਹੈ ਪਲੱਸ ਇਹਦੇ ਨਾਲ ਰੀਜਨਿੰਗ ਦੇ ਜਿਹੜੇ ਪਿਛਲੇ ਹਫਤੇ ਆਪਾਂ ਪੜ੍ਹੇ ਨੇ ਚੈਪਟਰ ਸਾਰੇ ਜਿੰਨੇ ਵੀ ਨੇ ਇਹ ਸਾਰੇ ਆਪਾਂ ਨੇ ਅੱਜ ਟੈਸਟ ਲੈਣਾ ਹੈ ਅੱਜ ਹੈਗਾ ਤੁਹਾਡਾ ਜੀ ਮੈਥ ਪਲੱਸ ਰੀਜਨਿੰਗ ਦੋਨਾਂ ਦਾ ਟੈਸਟ ਤੇ ਕੱਲ ਹੋਵੇਗਾ ਪੋਲੀਟੀ ਦਾ ਜੀਓਗ੍ਰਾਫੀ ਦਾ ਤੇ ਹਿਸਟਰੀ ਦਾ ਟੈਸਟ ਠੀਕ ਹੈ ਜੀ ਸੋ ਜਿਹੜੇ ਨਵੇਂ ਬੱਚੇ ਨੇ ਨਵੇਂ ਜਿਹੜਾ ਆਪਣਾ ਬੈਚ ਨੂੰ ਫੋਲੋ ਕਰ ਰਹੇ ਨੇ ਉਹਨਾਂ ਲਈ ਇੱਕ ਜ਼ਰੂਰੀ ਇਹ ਗੱਲ ਹੈ ਜੀ ਵੀ ਜੇ ਤੁਸੀਂ ਪਿੱਛੇ ਹੋ ਸਿਲੇਬਸ ਦੇ ਪਿੱਛੇ ਚੱਲ ਰਹੇ ਹੋ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਤੇ ਕੱਲ ਨੂੰ ਤੁਸੀਂ ਥੋੜਾ ਜਆ 2 ਘੰਟੇ 3 ਘੰਟੇ ਐਕਸਟਰਾ ਪੜ੍ਹ ਕੇ ਜਿਹੜਾ ਆਪਣਾ ਪਿਛਲਾ ਬੈਕਲੌਗ ਆ ਉਹਨੂੰ ਤੁਸੀਂ ਪੂਰਾ ਕਰਿਓ ਤੇ ਪੂਰਾ ਕਰਕੇ ਸਾਡੇ ਨਾਲੇ ਨਾਲ ਚੱਲਦੇ ਰਹੋ ਕਿਉਂਕਿ ਐਡਾ ਜ਼ਿਆਦਾ ਕੋਈ ਸਿਲੇਬਸ ਆਪਾਂ ਦਿੰਦੇ ਨਹੀਂ ਠੀਕ ਆ ਜੀ 5 ਘੰਟੇ ਤਾਂ 6 ਘੰਟੇ ਜਲੋ ਨਾਰਮਲ ਹੈਗੇ ਲਾਈਫ 'ਚ ਪੜ੍ਹ ਸਕਦੇ ਆਪਾਂ ਠੀਕ ਆ ਰੁਝਾਵਿਆਂ 'ਚ ਆਪਾਂ ਟਾਈਮ ਕ ਜਾ ਤੁਸੀਂ ਨਹੀਂ ਪੜਦੇ ਜਾਂ ਦਿੱਤਾ ਹੋਇਆ ਸਿਲੇਬਸ ਜਾਂ ਟਾਰਗੇਟ ਨਹੀਂ ਪੜਦੇ ਛੱਡ ਕੇ ਅੱਗੇ ਲੰਘਦੇ ਰਹਿੰਦੇ ਹੋ ਜਾਂ ਕਿਸੇ ਇੱਕ ਸਬਜੈਕਟ ਦਾ ਨਹੀਂ ਪੜਦੇ ਉਹ ਤੁਹਾਡੇ ਲਈ ਲਾਸ ਆ ਸਾਨੂੰ ਇਦਾਂ ਤੁਸੀਂ ਪੜ ਰਹੇ ਹੋ ਤਾਂ ਤੁਹਾਨੂੰ ਜਿੰਨਾ ਟਾਰਗੇਟ ਦਿੱਤਾ ਜਾਂਦਾ ਉਹ ਜ਼ਰੂਰ ਪੜੋ ਠੀਕ ਆ ਜੀ ਤੁਹਾਡੇ ਜੇ ਡਾਊਟਸ ਨੇ ਉਹ ਕਲੀਅਰ ਹੁੰਦੇ ਜਾਣਗੇ ਤੇ ਇਦਾਂ ਹੀ ਤੁਸੀਂ ਨੈਕਸਟ ਚੱਲਦੇ ਰਹੋ ਤਾਂ ਤੁਸੀਂ ਤੁਹਾਨੂੰ ਹੁਣ ਤੁਸੀਂ 5 ਹਫ਼ਤਾ ਹੋ ਗਿਆ ਤੁਹਾਨੂੰ ਖੁਦ ਨੂੰ ਪਤਾ ਲੱਗ ਗਿਆ ਹੋਗਾ ਵੀ ਹਾਂਜੀ ਜਿਹੜੇ ਨਾਰਮਲ ਬੱਚੇ ਜਿਹੜੇ ਪਿੰਡ ਚ ਜਾਂ ਤੁਹਾਡੇ ਆਲੇ-ਦਾਲੇ ਜਿਹੜੇ ਦੋਸਤ ਵਾਰ ਘੁੰਮ ਰਹੇ ਨੇ ਉਹਨਾਂ ਤੋਂ ਤੁਹਾਡੀ ਹਲਕੀ ਜੀ ਨੌਲੇਜ ਇੰਕਰੀਜ਼ ਹੋ ਗਈ ਹੋਣੀ ਆ ਜਿੱਦਾਂ ਕਿ ਤੁਹਾਨੂੰ ਕੈਲੰਡਰ ਬਾਰੇ ਪਤਾ ਲੱਗ ਗਿਆ ਵੀ ਕੈਲੰਡਰ ਦਾ ਡੇ ਕਿਦਾਂ ਕੱਢਣਾ ਹੈ ਕਲੌਕ ਦਾ ਐਂਗਲ ਕਿਦਾਂ ਕੱਢਣਾ ਹੈ ਠੀਕ ਹੈ ਜੀ ਸ਼ਡਿਊਲਸ ਕੀ ਹੁੰਦੇ ਨੇ ਸਿਧਾਂਤ ਕੀ ਹੁੰਦਾ ਹੈ ਇਹ ਤੁਹਾਨੂੰ ਤੁਸੀਂ ਉਹਨਾਂ ਤੋਂ ਹਲਕਾ ਜਿਹਾ ਦੇਖੋ ਜੀ ਹਫ਼ਤੇ ਦੇ ਵਿੱਚ ਇਹਨਾਂ ਤੋਂ ਤੁਸੀਂ ਅੱਗੇ ਨਿਕਲ ਗਏ ਜਿਹੜੇ ਬੱਚੇ ਨਹੀਂ ਪੜ ਰਹੇ ਠੀਕ ਹੈ ਜੀ ਤਾਂ ਤੁਸੀਂ ਇਹ ਪੂਰਾ ਆਪਣਾ ਜਿਹੜਾ ਟਾਰਗੇਟ ਆ ਇਹ ਕੰਪਲੀਟ ਕਰਦੇ ਜਾਓ ਤਾਂ ਤੁਸੀਂ ਦੇਖੋਗੇ ਤੁਹਾਡੀ ਨੌਲੇਜ ਕਿੰਨੀ ਇੰਕਰੀਜ਼ ਹੋ ਗਈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅੱਜ ਕੋਈ ਹੋਰ ਤੁਸੀਂ ਬਿਸ਼ੱਕ ਨਾ ਪੜਿਓ ਜੇ ਕੋਈ ਤੁਹਾਡਾ ਪਿੱਛੇ ਰਹਿੰਦਾ ਹੈ ਉਹਨੂੰ ਕੰਪਲੀਟ ਕਰ ਲਿਓ ਨਾਗਰੀ ਸਾਸਤਜਾ ਪੋਲੀਟੀ ਦਾ ਕਹਿ ਸਕਦਾ ਜਿਹੜਾ ਪੋਲੀਟੀ ਦਾ ਆਪਾਂ ਪੜ੍ਹਿਆ ਸੀ 11ਵਾਂ ਲੈਸਨ ਕੱਲ੍ਹ ਵੀ ਸੀਗਾ ਇਹਨੂੰ ਅੱਜ ਫਿਰ ਤੋਂ ਰਿਵਾਈਜ਼ ਕਰਨਾ ਹੈ ਕਿਉਂਕਿ ਇਹ ਮੈਨੂੰ ਲੱਗਿਆ ਤੁਸੀਂ ਚੰਗੀ ਤਰ੍ਹਾਂ ਨਹੀਂ ਪੜਿਆ ਇਸ ਵਿੱਚ ਕੀ ਆ ਸੰਸਦ ਕੀ ਹੁੰਦੀ ਹੈ ਜਿੱਦਾਂ ਕੀ ਸੰਸਦ ਹੁੰਦੀ ਹੈ ਜੀ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਨਾਲ ਮਿਲ ਕੇ ਬਣਦੀ ਆ ਲੋਕ ਸਭਾ ਤੇ ਰਾਜ ਸਭਾ ਚ ਬਿਲ ਪੇਸ਼ ਹੋਣਗੇ ਦੋਨਾਂ ਚ ਪਾਸ ਹੋਣਗੇ ਫਿਰ ਰਾਸ਼ਟਰਪਤੀ ਸਾਈਨ ਕਰੂਗਾ ਜਦ ਤੱਕ ਰਾਸ਼ਟਰਪਤੀ ਸਾਈਨ ਨਹੀਂ ਕਰਦਾ ਠੀਕ ਹੈ ਜੀ ਉਦੋਂ ਤੱਕ ਕੋਈ ਵੀ ਕਾਨੂੰਨ ਨਹੀਂ ਬਣਦਾ ਮਨ ਜਿਹੜਾ ਬਿਲ ਆ ਕਾਨੂੰਨ ਨਹੀਂ ਬਣਦਾ ਇਸ ਤਰ੍ਹਾਂ ਆਪਾਂ ਲੋਕ ਸਭਾ ਦੇਖੀਏ ਲੋਕ ਸਭਾ ਦੇ ਵਿੱਚ ਗੱਲ ਕਰਾਂਗੇ ਕਿ ਕਿੰਨੀ ਕੌਣ ਵੀ ਕੀ ਐਲੀਜੀਬਿਲਟੀ ਨੇ ਬਣ ਲਈ ਭਾਰਤ ਦਾ ਨਾਗਰਿਕ ਹੋਵੇ 25 ਸਾਲ ਉਮਰ ਹੋਵੇ ਠੀਕ ਹੈ ਜੀ 25 ਸਾਲ ਉਮਰ ਹੋਵੇ ਸਰਕਾਰੀ ਅਹੁਦੇ ਤੇ ਨਾ ਹੋਵੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿੰਨੇ ਮੈਂਬਰ ਨੇ ਇਹ ਤੁਸੀਂ ਇੱਧਰ ਦੇਖੋ ਪੜ੍ਹਦੇ ਜਾਓ ਕਿੰਨੇ ਮੈਂਬਰ ਨੇ ਬਾਈ ਇਹਨੂੰ ਅੰਡਰਲਾਈਨ ਕਰ ਲਓ ਜਾਂ ਨੋਟ ਲਿਖ ਲਓ ਵੀ ਹਾਂ ਇੰਨੇ ਮੈਂਬਰ 550 ਮੈਂਬਰ ਨੇ ਪਰ ਹੁਣ ਕਿੰਨੇ ਚੁਣੇ ਜਾਂਦੇ ਨੇ 45 ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਚੱਲੋ ਨੈਕਸਟ ਜਿਹੜੇ ਆਪਾਂ ਗੱਲ ਕਰਾਂਗੇ ਸਭ ਤੋਂ ਵੱਧ ਕਿਹੜੀ ਸਟੇਟ ਦੇ ਨੇ ਬਾਈ ਸਭ ਤੋਂ ਵੱਧ ਜਿਹ ਹੈਗੇ ਨੇ ਠੀਕ ਹੈ ਇਹ ਨੋਟਸ ਆਪਣੇ ਹਲਕੇ ਹਲਕੇ ਬਣਾਉਂਦੇ ਜਾਓ ਖੁਦ ਠੀਕ ਹੈ ਜੀ ਸਪੀਕਰ ਕਿਵੇਂ ਚੁਣਿਆ ਜਾਂਦਾ ਰਾਜ ਸਭਾ ਕੀ ਹੁੰਦੀ ਆ ਦੇਖੋ ਜੀ ਲੋਕ ਸਭਾ ਹੁੰਦੀ ਆ ਜਿਹੜੀ ਲੋਕਾਂ ਦੁਆਰਾ ਜਿੱਦਾਂ ਕਿ ਆਪਾਂ ਐਮ ਐਲ ਏ ਆਪਾਂ ਨੇ ਲੋਕ ਸਭਾ ਜਿੱਦਾਂ ਕਿ ਆਪਣੇ ਭਗਵੰਤ ਮਾਨ ਸੀਗੇ ਜਿਵੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਆਫ ਪਾਰਲੀਮੈਂਟ ਸੀਗੇ ਐਮ ਪੀ ਸੀਗੇ ਠੀਕ ਹੈ ਜੀ ਉਦਾਂ ਹੀ ਹਰਪਾਜਨ ਸਿੰਘ ਜਿਹੜੀ ਆਪਣੇ ਕ੍ਰਿਕਟਰ ਨੇ ਉਹ ਠੀਕ ਹੈ ਜੀ ਉਹਨਾਂ ਨੂੰ ਹੁਣ ਚੁਣਿਆ ਗਿਆ ਏ ਉਹਨਾਂ ਨੂੰ ਆਪਾਂ ਦਾ ਚੁਣਿਆ ਜੀ ਉਹਨਾਂ ਨੂੰ ਚੁਣਿਆ ਹੈ ਜਿਹੜੇ ਆਪਣੇ ਰਾਜ ਸਟੇਟ ਦੇ ਐਮ ਐਲ ਏ ਚੁਣੇ ਗਏ ਨੇ ਆਪਾਂ ਜਿਹੜਾ ਵੋਟਾਂ ਪਾ ਕੇ ਐਮ ਐਮ ਐਲ ਏ ਚੁਣੇ ਨੇ ਐਮ ਐਲ ਏ ਉਹਨਾਂ ਨੂੰ ਚੁਣਦੇ ਨੇ ਆਪਾਂ ਡਾਇਰੈਕਟ ਰਾਜ ਸਭਾ ਦੇ ਮੈਂਬਰ ਨਹੀਂ ਚੁਣਦੇ ਰਾਜ ਸਭਾ ਦੇ ਮੈਂਬਰਾਂ ਨੂੰ ਆਪਣੇ ਵੱਲੋਂ ਜਿਹੜੇ ਚੁਣੇ ਹੋਏ ਮੈਂਬਰ ਨੇ ਜਿਹੜੇ ਰਾਜ ਸਭਾ ਦੇ ਆਪਣੇ ਵਿਧਾਨ ਸਭਾ ਦੇ ਮੈਂਬਰ ਨੇ ਜਾਂ ਐਮ ਐਲ ਏ ਨੇ ਉਹ ਉਹਨਾਂ ਨੂੰ ਰਾਜ ਸਭਾ ਦੇ ਮੈਂਬਰਾਂ ਚ ਚੁਣਦੇ ਨੇ ਠੀਕ ਹੈ ਜੀ ਓਕੇ ਜੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਦੇਖੋ ਇਹਦੀ ਉਮਰ ਕਿੰਨੀ ਹੋਣੀ ਚਾਹੀਦੀ ਆ 30 ਲੋਕ ਸਭਾ ਦੀ ਕਿੰਨੀ 25 ਇਹਦੀ 30 ਐਦਾਂ ਤੁਸੀਂ ਨੋਟਸ ਬ 550 ਨੇ 338 ਜਿਹੜੇ ਰਾਜਾਂ ਦੇ ਚੁਣੇ ਜਾਂਦੇ ਨੇ ਪਲੱਸ 12 ਮੈਂਬਰਾਂ ਨੂੰ ਰਾਸ਼ਟਰਪਤੀ ਖੁਦ ਚੁਣਦਾ ਏ ਰਾਸ਼ਟਰਪਤੀ ਨੂੰ ਪਾਵਰ ਆ ਕਿ ਉਹ 12 ਬੰਦੇ ਰਾਜ ਸਭਾ ਲਈ ਚੁਣ ਸਕਦਾ ਹੈ ਕਿਹਦੇ ਵਿੱਚੋਂ ਜਿੱਦਾਂ ਕਿ ਕਲਾ ਸਿਹਤ ਇਹਨਾਂ ਵਿੱਚੋਂ ਜਿੱਦਾਂ ਕਿ ਹੁਣ ਆਪਣੇ ਜਿਹੜੇ ਸਚਿੰਤ ਤੰਦੂਲਕਰ ਨੇ ਉਹਨਾਂ ਨੂੰ ਚੁਣਿਆ ਗਿਆ ਸੀ ਪਿੱਛੇ ਜਿਹੜੇ ਇੱਕ ਇੱਕ ਦੋ ਹੋਰ ਬੰਦੇ ਸੀ ਜਿਹੜੇ ਇੱਕ ਜੀਟੀਵੀ ਦੇ ਜਿਹੜੇ ਸੁਭਾਸ ਚੰਦਰਾ ਸੀਗੇ ਉਹਨਾਂ ਨੂੰ ਚੁਣਿਆ ਗਿਆ ਸੀਗਾ ਮਤਲਬ ਇਹ ਕਾਹ ਚੁਣੇ ਗਏ ਸੀਗੇ ਮੰਨ ਲਓ ਜਿਹੜੇ ਆਪਣੇ ਵਧੀਆ ਕੰਮ ਕਰਦੇ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਆਪਾਂ ਰਾਸ਼ਟਰਪਤੀ ਚੁਣ ਸਕਦਾ ਠੀਕ ਹੈ ਜੀ ਸੋ ਨੈਕਸਟ ਚੱਲਦੇ ਹਾਂ ਜੇ ਅੱਗੇ ਸੰਸਦ ਦੀਆਂ ਕੀ ਸ਼ਕਤੀਆਂ ਨੇ ਠੀਕ ਹੈ ਜੀ ਕਦੋਂ ਕਿਵੇਂ ਬਿਲ ਬਣਦਾ ਕਿਵੇਂ ਬਿਲ ਪਾਸ ਹੁੰਦਾ ਇਹ ਸਾਰਾ ਆਪਾਂ ਨੇ ਅੱਜ ਪੜ੍ਹ ਲੈਣਾ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਕਰਦੇ ਆ ਰਾਸ਼ਟਰਪਤੀ ਤੁਸੀਂ ਕੋਈ ਵੀ ਐਗਜ਼ਾਮ ਦਾ ਜਿਹੜਾ ਪਿਛਲਾ ਚੱਕ ਕੇ ਦੇਖੋ ਠੀਕ ਹੈ ਜੀ ਉਸ ਵਿੱਚ ਤੁਹਾਨੂੰ ਕੋਈ ਵੀ ਐਗਜ਼ਾਮ A to Z ਮੰਨ ਲਓ ਉਹਦੇ ਵਿੱਚ ਤੁਹਾਨੂੰ ਰਾਸ਼ਟਰਪਤੀ ਦਾ ਕੁਐਸਚਨ ਜੇ ਨਾ ਆਵੇ ਤਾ ਪੇਪਰ ਇਹ ਧੂਰਾ ਹੋਗਾ ਮੰਨ ਕੇ ਚੱਲੋ ਠੀਕ ਹੈ ਜੀ ਤਾਂ ਰਾਸ਼ਟਰਪਤੀ ਦਾ ਬਹੁਤ ਚੰਗੀ ਤਰ੍ਹਾਂ ਪੜਨਾ ਹੈ ਕਿਦਾਂ ਕਿ ਰਾਸ਼ਟਰਪਤੀ ਦੀ ਉਮਰ 35 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਉਹ ਕਿਵੇਂ ਚੁਣਦੇ ਨੇ ਉਹ ਮੈਂਬਰ ਬਣਨ ਦੇ ਯੋਗ ਹੋਵੇ ਠੀਕ ਹੈ ਜੀ ਲੋਕ ਸਭਾ ਦਾ ਹਰਜਕਲ 5 ਸਾਲ ਹੁੰਦਾ ਹੈ ਤਨਖਾਹ ਇੰਨੀ ਹੁੰਦੀ ਹੈ ਉਹਦੇ ਸ਼ਕਤੀਆਂ ਕੀ ਨੇ ਸ਼ਕਤੀਆਂ ਕੀ ਨੇ ਠੀਕ ਹੈ ਜੀ ਸ਼ਕਤੀਆਂ ਉਹਦੇ ਆ ਬਹੁਤ ਨੇ ਜੀ ਉਹਨੂੰ ਐਗਜ਼ੀਕਿਊਟਿਵ ਪਾਵਰ ਵੀ ਹੈ ਜਦ ਤੱਕ ਉਹ ਸੈਨ ਨਹੀਂ ਕਰਦਾ ਜਦ ਤੱਕ ਕੋਈ ਬਿਲ ਨਹੀਂ ਬਣਦਾ ਤੇ ਉਹ ਸੇਨਾ ਦਾ ਸਭ ਤੋਂ ਸੁਪਰੀਮ ਕਮਾਂਡਰ ਵੀ ਹੁੰਦਾ ਹੈ ਠੀਕ ਹੈ ਜੀ ਉਨੋਂ ਉਸ ਤੋਂ ਬਾਅਦ ਵਿੱਤੀ ਸ਼ਕਤੀਆਂ ਨੇ ਉਹਨੂੰ ਉਹਦੇ ਬਾਅਦ ਉਹਨੂੰ ਸੰਕਟ ਕਾਲ ਦੀ ਸ਼ਕਤੀਆਂ ਨੇ ਜਦੋਂ ਆਪਣੇ ਦੇਸ਼ 'ਚ ਕੋਈ ਸੰਕਟ ਆ ਜਾਏ ਤਾਂ ਉਹ ਐਮਰਜੈਂਸੀ ਲਾ ਦੇਂਦਾ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਹੈਗੇ ਨੇ ਆਪਣੀਆਂ ਜਿਹੜੀਆਂ ਜੀ ਵਿੱਤੀ ਸ਼ਕਤੀਆਂ ਨਿਆਂਇਕ ਸ਼ਕਤੀਆਂ ਉਹ ਸਜ਼ਾ ਵੀ ਮਾਫ ਕਰ ਸਕਦਾ ਹੈ ਇਸੇ ਤਰ੍ਹਾਂ ਉਪਰਾਸ਼ਟਪਤੀ ਪੜ੍ਹ ਲੈ ਥੋੜਾ ਜਿਹਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇਹ ਚੰਗੀ ਤਰ੍ਹਾਂ ਪੜੋ ਕੌਣ ਨਿਯੁਕਤ ਕਰਦਾ ਹੈ ਕੀ ਕਰਦਾ ਕੰਮ ਕੀ ਨੇ ਮੰਤਰੀ ਮੰਡਲ ਹੁੰਦਾ ਹੈ ਠੀਕ ਹੈ ਜੀ ਸੰਧਨਾ ਨੇਤਾ ਹੁੰਦਾ ਮੰਤਰੀ ਪਰਿਸ਼ਦ ਕੀ ਹੁੰਦੀ ਆ ਇਹ ਲੈਸਨ ਨੂੰ ਚੰਗੀ ਤਰ੍ਹਾਂ ਸਰਵੋਚ ਸਪਰੀਮ ਕੋਰਟ ਆਰਟੀਕਲ ਨੰਬਰ ਜੋਨ ਸ਼ੇਡ ਨੰਬਰ 1 124 ਠੀਕ ਹੈ ਜੀ ਇਹਨਾਂ ਦੇ ਰਿਲੇਟਡ ਜਿਹੜੇ ਆਰਟੀਕਲ ਨੇ ਤੁਹਾਨੂੰ ਅੱਜ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਵੀਡੀਓ 'ਚ ਤੇ ਤੁਸੀਂ ਉਹ ਪੜ ਲਿਓ ਤੇ ਚੰਗੀ ਤਰ੍ਹਾਂ ਇਹ ਲੈਸਨ ਚੰਗੀ ਤਰ੍ਹਾਂ ਪੜਿਓ ਠੀਕ ਹੈ ਜੀ ਕੁਐਸਚਨ ਹੱਲ ਕਰਕੇ ਦੇਖੋ ਦੇਖੋ ਜੀ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਆਪਾਂ ਕਹਿ ਸਕਦੇ ਹਾਂ ਪਤਾ ਆਪਾਂ ਨੂੰ ਭਾਈ 5 ਸਾਲ ਕਿੰਨੇ ਮੈਂਬਰ ਹੁੰਦੇ ਨੇ ਹੁੰਦੇ ਤਾਂ ਜੀ 550 ਨੇ ਪਰ ਹੁਣ ਕਿੰਨੇ ਚੁਣੇ ਜਾਂਦੇ ਨੇ 545 ਠੀਕ ਹੈ ਜੀ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕੌਣ ਕਰਦਾ ਹੈ ਜਿਹੜੇ ਚੁੜੇ ਹੋਏ ਮੈਂਬਰ ਇਹ ਤੁਸੀਂ ਸਾਰਾ ਚੰਗੀ ਤਰ੍ਹਾਂ ਪੜ ਲਿਓ ਚੰਗੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਵੀਡੀਓ ਅਸੀਂ ਨੈਟ ਤੇ ਪ੍ਰੋਵਾਈਡ ਜਿੰਦਾ ਕਿ ਸ਼ਡਿਊਲ ਦੀ ਵੀਡੀਓ ਪਈਆ ਕਨਸਟੀਟਿਊਸ਼ਨ ਦੀ ਬੇਸਿਕ ਇਨਫਰਮੇਸ਼ਨ ਪਈਆ ਠੀਕ ਹੈ ਜੀ ਕੱਲ ਪਾਰਟ ਦੀ ਵੀਡੀਓ ਵੀ ਪਈਆ ਅੱਜ ਤੁਹਾਨੂੰ ਸਿਰ ਜਿਹੜੇ ਮੇਨ ਆਰਟੀਕਲ ਨੇ ਉਹ ਪ੍ਰੋਵਾਈਡ ਕਰ ਦਾਂਗੇ ਸੋ ਮਿਲਦੇ ਹਾਂ ਜੀ ਫਿਰ ਸਾਰਿਆਂ ਨੂੰ ਟਾਰਗੇਟ ਪੂਰਾ ਕਰਿਓ ਤੇ ਮਿਲਦੇ ਹਾਂ ਸ਼ਾਮੀ ਟੈਸਟ ਵੇਲੇ ਸਾਰਿਆਂ ਨੂੰ ਵੈਸਟ ਆਫ ਲੱਕ ਸੋ ਅਸੀ ਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ